बिस्मिल्लाहिर्रहमानिर्रहीम अस्सलामुअलैकुम वीरो की हाल है ठीक हो दोस्तों जी अस बरसेम उस दिन वड्डी सी नत आया जानवर नाल उस बरसेम नूं असीं गा के ते उंदा बी बनाने लगे ठीक है आप देखते पै रहे भाई ट्रैक्टर और मशीन आई खली है तो बरसेम जी अस गिली वड्डी सी सुक चुकी है सुकी पई तो उन्होंने इन्हें गा के मशीन देते उंदा बी बनाने लगे अगर आप इस तरह करके खुद बी बना लेंगे ना तो जड़ा तुसी 600-700 किलो लैंदे रहना बीज मुल खरीद तो उन्हें नालू तुसी आप 600-700 किलो बेचने वाले बन जाओ तो अगर तुसी इस तरह बीज बना लोगे असं तुम्हें विखाने एक दवाड़े के माशाला बहुत काफ़ी सारा बीज निकल जाता है तो ये दो कनाल है ने तो तुम्हें विखाने पर इन्होंने कि बीज निकलता है आ मशीन आई खाली है तो हम लाने लगे तुम्हें विखाने जिला माई ये दो कनाल जी बरसेम गाणी है ਕਹਿੰਦਾ ਕੀ ਹਿਸਾਬ ਕਿਤਾਬ ਹੈ ਕੀ ਪੈਸੇ ਲੈਣਾ ਕੀ ਲੈਣਾ ਪਤਾ ਸੁਰ ਤਾਂ ਲੱਗੇ ਤੀਜਾ ਹਿੱਸਾ ਹੈਂ ਤੀਜਾ ਹਿੱਸਾ ਤੀਸਰਾ ਹਿੱਸਾ ਹਾਂ ਨਾ ਮਤਲਬ ਹੈ ਵੀ 3 ਕਿਲੋ ਨਿਕਲਾ ਤਾਂ 1 ਕਿਲੋ ਤੇਰਾ 3 ਕਿਲੋ ਨਿਕਲੇ ਹਾਂ ਇਵੇਂ ਨਹੀਂ ਲੈਣਾ ਹੋਰ ਤੋਲ ਤੇ ਮੈਂ ਕਦੇ ਨਹੀਂ ਲੈਣਾ ਅੱਛਾ ਵੀ ਜਿੰਨਾ ਵੀ ਨਿਕਲੇ ਅੱਛਾ 3 ਡੇਰੀਆਂ ਕਰਨੀਆਂ ਨੇ ਸਹੀ 2 ਦੁਆੜੀਆਂ ਇੱਕ ਮੇਰੀ ਸਹੀ ਹਾਂ ਠੀਕ ਹੋ ਗਿਆ दोस्तों कहते हैं ट्रैक्टर वाले कि इन जड़ा बी निकलना उनका तीसरा हिस्सा असा लेना दो हिस्से थोड़े ने ते तीसरा हिस्सा इन्ना ले लेना तो मैं तुम्हें विखाना भी आ परसेम उस दिन गिली हैगी सी ना तो वेखो सुख के बिल्कुल सुकी पई है तो कड़ाकेदार हो पई है इन हूँ आप बी कड़ने इन गा के तो तुम्हें विखाने भी बी कि निकलता है इस तरह अगर आप लोग परसेम का पट्ठा कटते ही रहना तो फिर तुसी एंड वाला जरा आखिरी लॉ हों पट्ठा का भी माड़े मोटे विरले विरले होंगे ने वो तुसी उमें छड़ देना तो इस तरह सुका के उन्हें जी बरसेम है डोड़िया चुके थी बी बनाई इस तरह तुसी उन्हें मुड़ वढ़ के तो गा के तो बी आप बना सकते जे तो अगर तुसी 600-700 किलो लेना उन्हें बेहतर है भी तुसी आखिरी लॉ विरला विरला होंगे ने पट्ठे तो उन्हें का तुसी ਵੀ ਬਣਾ ਲਓ ਤੇ 600-700 ਕਿਲੋ ਆਪ ਵੀ ਤੁਸੀਂ ਵੇਚ ਸਕਦੇ ਜੇ ਦੋਸਤੋ ਆਹ ਮਸ਼ੀਨ ਦਾ ਪ੍ਰਣਾਲਾ ਠੀਕ ਹੈ ਇਹਦੇ ਵਿੱਚ ਜਿਹੜਾ ਅਗਰ ਕਣਕ ਗਾਵਾਂਗੇ ਨਾ ਤੇ ਉਹ ਨਾੜ ਦੇ ਵਿੱਚ ਦਾਣੇ ਜਿਹੜੇ ਨੇ ਉਹ ਥੱਲੇ ਇਸ ਜਾਲੀ ਦੇ ਵਿੱਚ ਚਲੇ ਜਾਣਗੇ ਤੇ ਔਰ ਇੱਥੋਂ ਮਗਰੋਂ ਦੇ ਦਾਣੇ ਬਣ ਕੇ ਬਾਹਰ ਨਿਕਲਾਂ ਜਿਹੜਾ ਬਾਕੀ ਨਾੜ ਹੋਵੇਗਾ ਨਾ ਉਹਦੇ ਤੂੜੀ ਬਣ ਕੇ ਇਸ ਪ੍ਰਣਾਲੇ ਦੇ ਵਿੱਚ ਬਾਹਰ ਆ ਜਾਏਗੇ ਮਸ਼ੀਨ ਬਾਹਰ ਸੱਟ ਦੇਗੀ ਦੋਸਤੋ ਆ ਸਾਡੇ ਹਮਸਾਏ ਨੇ ਸਾਡੇ ਪਿੰਡ ਦੇ ਬੰਦੇ ਅਤੇ ਉਹ ਵੀ ਆਪਦੀ ਰੇਹੜੀ ਦੇ ਉੱਤੇ ਆਪਦੇ ਬਰਸੇਮ ਦੇ ਪੱਠੇ ਜਿਹੜੇ ਨੇ ਵੱਢ ਕੇ ਲੈ ਆਏ ਨੇ ਉਹਨਾਂ ਵੀ ਇੱਥੋਂ ਵੀ ਬਣਾਉਣਾ ਇਹਨਾਂ ਪੱਠਿਆਂ ਦਾ ਦੋਸਤੋ ਇੱਥੇ ਮਸ਼ੀਨ ਦੇ ਟਾਇਰ ਨਾ ਲਾ ਲਵਾਂਗੇ ਅਤੇ ਮੁੜ ਇੱਥੇ ਮਸ਼ੀਨ ਲਾ ਦੇ ਸਾਂ ਵੀ ਟਾਇਰ ਲਾ ਤੇ ਗਾ ਫਿਰ ਮਸ਼ੀਨ ਇੱਕ ਜਗ੍ਹਾ ਤੇ ਜਾਮ ਰਵੇ ਤੇ ਅੱਲੇ ਦੀ ਨਾ ਦੋਸਤੋ ਥੱਲੇ ਵੇਖੋ ਬੀ ਵਾਸਤੇ ਕੱਪੜਾ ਪਾਇਆ
ਬੀ ਦੇਣਾ ਤਿੰਨ ਇਸੇ ਕਰਕੇ ਤਿੰਨ ਟੈਰੀਆਂ ਅਤੇ ਇੱਕ ਟੈਰੀ ਟਰੈਕਟਰ ਵਾਲੇ ਨੂੰ ਦੇ ਦਿੱਤੀ ਤਾਂ ਬਾਕੀ ਦੋ ਟੈਰੀਆਂ ਥੋੜ੍ਹੇ 'ਚ ਪਾ ਲਈਆਂ ਨੇ ਤਾਂ ਜੀ ਕਹਿੰਦੇ ਨੇ ਵੀ ਘਰ ਚੱਲ ਕੇ ਅਤੇ ਫਿਰ ਸਾਫ਼ ਕਰਕੇ ਇਹਨਾਂ ਨੂੰ ਵੇਖਾਂਗੇ ਵੀ ਕਿੰਨਾ ਕੁ ਨਿਕਲਦਾ ਬੀ ਦੋਸਤੋ ਇਹ ਦੇਖੀਏ ਬਰਸੇਮ ਕਾ ਬੀ ਹੈ ਮਾਸ਼ਾਅੱਲਾ ਕਾਫ਼ੀ ਸਾਰਾ ਬੀ ਨਿਕਲਿਆ ਤਕਰੀਬਨ ਅੰਦਾਜ਼ਾ ਨਾਲ ਨਾ 30-35 ਕਿਲੋ ਤਾਂ ਪੱਕਾ ਹੈ ਅਤੇ ਇਹ ਅਸੀਂ ਉੱਥੋਂ ਲੈ ਆਏ ਸੀ ਅਤੇ ਇਹਦੇ ਵਿੱਚ ਤੁਸੀਂ ਵੇਖਦੇ ਭਰੇ ਗੰਦ ਬਹੁਤ ਜ਼ਿਆਦਾ ਸੀ ਠੀਕ ਹੈ ਇਹ ਕਾਸਨੀ ਹੈ ਅਤੇ ਬਾਕੀ ਕੋਈ ਗੰਦ ਗੁੰਦ ਹੈ ਇਹ ਸਾਰਾ ਅਸਾਂ ਸਾਫ਼ ਕਰ ਦਿੱਤਾ ਅਤੇ ਹਾਲੇ ਤੱਕ ਸਾਫ਼ ਕਰਦੇ ਪਏ ਤੁਸੀਂ ਵੀ ਇਸ ਤਰ੍ਹਾਂ ਕੋਸ਼ਿਸ਼ ਕਰਕੇ ਅਤੇ ਵੀ ਬਣਾ ਸਕਦੇ ਜੇ ਮੁੱਲ ਲੈਣ ਦੇ ਬਜਾਏ ਤੁਸੀਂ ਆਪ ਵੀ ਫਰੋਖਤ ਕਰਨ ਦੇ ਕਾਬਿਲ ਹੋ ਸਕਦੇ ਜੇ ਉਮੀਦ ਕਰਤਾ ਹੂੰ ਕਿ ਆਜ ਕੀ ਵੀਡੀਓ ਆਪਕੋ ਅੱਛੀ ਲੱਗੀ ਹੋਗੀ ਅਗਰ ਅੱਛੀ ਲੱਗੀ ਤੋ ਇਸਕੋ ਲਾਈਕ ਕੀਜੀਏ ਅਗਰ ਆਪ ਹਮਾਰੇ ਯੂਟਿਊਬ ਚੈਨਲ ਪਰ ਨਾ ਆਏ ਤੋ ਇਸਕੋ ਸਬਸਕ੍ਰਾਈਬ ਕੀਜੀਏ ਔਰ ਸਾਥ ਹੀ ਬੈਲ ਕੇ ਬਟਨ ਕੋ ਪਲੱਸ ਜ਼ਰੂਰ ਕੀਜੀਏ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਸਾਰਿਆਂ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਜਾਏ ਠੀਕ ਹੈ।